ਬਾਰਦਾਨਾ ਹੈ ਨਹੀਂ, ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗੇ ਹੋਏ ਆ। ਸਾਡੀ ਮੰਗ ਹੈ ਕਿ ਮੰਡੀਆਂ ਦੇ ਵਿੱਚ ਬਾਰਦਾਨਾ ਤੁਰਤ ਭੇਜਿਆ ਜਾਵੇ। ਜੇ ਬਾਰਦਾਨਾ ਨਾ ਆਊਗਾ ਤਾਂ ਜਿਹੜਾ ਅੰਦੋਲਨ ਹੈ ਦਿੱਲੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਭਖੂਗਾ, ਇਹਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ। ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੋਟਾਂ ਹੀ ਪੈਂਦੀਆਂ, ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ। ਕਿਸਾਨਾਂ ਵੱਲੋਂ ਸਰਸਾ ਅਤੇ ਮਾਨਸਾ ਜਿਹੜਾ ਰੋਡ ਆ ਉਹ ਜਾਮ ਕੀਤਾ ਹੋਇਆ, ਸਰਦੂਲਗੜ੍ਹ ਵਿਖੇ ਇਸ ਸਮੇਂ ਨਾਲੀ 'ਤੇ ਜਿਹੜਾ ਜਾਮ ਕੀਤਾ ਹੋਇਆ ਗਾ। ਇਹਨਾਂ ਦਾ ਜਿਹੜੀਆਂ ਮੰਗਾਂ ਨੇਗੀਆਂ ਉਹ ਇਹੀ ਆ, ਇਹਨਾਂ ਦਾ ਕਹਿਣਾ ਕਿ ਜਿਹੜੇ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਆ ਰਿਹਾ, ਜਿਹਦੇ ਕਰਕੇ ਕਿਸਾਨਾਂ ਨੂੰ ਲਗਾਤਾਰ ਵਿਲਕਣਾ ਪੈ ਰਿਹਾ ਅਤੇ ਮੰਡੀਆਂ ਦੇ ਵਿੱਚ ਹੀ ਧੱਕੇ ਖਾਣੇ ਪੈ ਰਹੇ ਆ। ਪਰ ਕਿਸਾਨ ਲੰਬੇ ਸਮੇਂ ਤੋਂ ਸਰਕਾਰਾਂ ਤੋਂ ਇਹੀ ਮੰਗਾਂ ਕਰਦਾ ਆ ਰਿਹਾ, ਫਿਰ ਵੀ ਉਹਨਾਂ ਨੂੰ ਖੜ੍ਹਨਾ ਪੈਂਦਾ। ਆਗੂ ਸਾਡੇ ਨਾਲ ਗੱਲ ਕਰਾਂਗੇ, ਕੀ ਕਹਿਣਾ ਪ੍ਰਧਾਨ ਜੀ, ਸੜਕ ਜਾਮ ਕੀਤੀ ਹੈ, ਕੀ ਕਹਿਣਾ ਗਾ? ਦੇਖੋ, ਕਹਿਣਾ ਤਾਂ ਇਹੀ ਹੈ ਕਿ ਕਿਸਾਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਕਣਕ ਆ ਜਿਹੜੀ ਪੈਦਾ ਕਰਤੀ, ਪਰ ਹੁਣ ਜਿਹੜੀ ਚੱਕਣੀ ਹੈ ਮੰਡੀਆਂ ਦੇ ਵਿੱਚ ਉਹ ਸਰਕਾਰ ਨੇ ਚੱਕਣੀ ਹੈ। ਬਾਰਦਾਨਾ ਹੈ ਨਹੀਂ, ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗੇ ਪਏ ਹੈ, ਬਾਰਦਾਨੇ ਦੇ ਨਾ ਹੋਣ ਕਰਕੇ ਖਰੀਦੀ ਨਹੀਂ ਜਾ ਰਹੀ। ਅੱਜ ਸਾਡੀ ਉਹੀ ਮੰਗ ਹੈ ਕਿ ਅਸੀਂ ਇਸ ਇਲਾਕੇ ਦੇ ਕਿਸਾਨਾਂ ਦੇ ਵੱਲੋਂ ਭਾਵੇਂ ਨੁਮਾਇੰਦੇ ਕਿਸਾਨ ਅਸੀਂ ਆਏ ਹਾਂ, ਜਾਮ ਕੀਤਾ। ਸਾਡੀ ਮੰਗ ਹੈ ਕਿ ਮੰਡੀਆਂ ਦੇ ਵਿੱਚ ਬਾਰਦਾਨਾ ਤੁਰਤ ਭੇਜਿਆ ਜਾਵੇ। ਜੇ ਬਾਰਦਾਨਾ ਨਾ ਆਊਗਾ ਤਾਂ ਜਿਹੜਾ ਅੰਦੋਲਨ ਹੈ ਦਿੱਲੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਭਖੂਗਾ, ਇਹਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਹੋਊਗਾ। ਪ੍ਰਧਾਨ ਜੀ, 10 ਤਰੀਕ ਤੋਂ ਜਿਹੜੀ ਬੋਲੀ ਅਤੇ ਬਾਰਦਾਨੇ ਦੀਆਂ ਗੱਲਾਂ ਕੀਤੀਆਂ ਗਈਆਂ ਸੀ ਵੀ ਕਿਸਾਨ ਨੂੰ 24 ਘੰਟੇ ਵੀ ਬੈਠਣ ਨਹੀਂ ਦਿੱਤਾ ਜਾਊਗਾ, ਨਾਲ ਦੀ ਨਾਲ ਮੰਡੀ 'ਚ ਆਉਣ ਸਾਰ ਉਹਨੂੰ ਵਾਪਸ ਭੇਜ ਦਿੱਤਾ ਜਾਊਗਾ ਵਿਕਣ ਸਾਰ, ਪਰ 24 ਘੰਟੇ ਜਗ੍ਹਾ 'ਤੇ ਜਿਹੜੇ ਕਿਸਾਨ ਆ ਉਹ ਹਫ਼ਤਾ ਹਫ਼ਤਾ 10-10 ਦਿਨ ਮੰਡੀਆਂ 'ਚ ਗੇੜੇ ਖਾ ਰਹੇ ਆ। ਇਹ ਕਾਂਗਰਸ ਸਰਕਾਰ ਦੇ ਵਾਅਦੇ ਸੀਗੇ, ਉਹ ਹੁਣ ਖਾਲੀ ਖੋਖਲੇ ਰਹਿ ਗਏ, ਕਿਵੇਂ ਦੇਖਦੇ ਹੋ ਤੁਸੀਂ ਇਹ ਚੀਜ਼ਾਂ ਨੂੰ? ਅਸੀਂ ਜਿਹੜੇ ਇਹ ਵਾਅਦੇ ਮਤਲਬ ਜਾਂ ਮੰਡੀਆਂ 'ਚ ਕਿਸਾਨ ਖੱਜਲ ਖੁਆਰ ਨਾ ਹੋਣ, ਇੱਥੇ ਹਰੇਕ ਦੇ ਲਈ ਇਲਾਜ ਹੋਵੇ, ਇੱਥੇ ਲਈ ਹਰੇਕ ਦੇ ਲਈ ਵਿੱਦਿਆ ਹੋਵੇ, ਹਰੇਕ ਨੂੰ ਕੰਮ ਮਿਲੇ, ਇਹ ਕੰਮ ਉੱਥੇ ਹੁੰਦੇ ਆ ਜਿੱਥੇ ਸਰਕਾਰਾਂ ਹੋਣ। ਜਿੱਥੇ ਕਿਤੇ ਸਾਰਾ ਕੁਝ ਹੋ ਨਹੀਂ ਰਿਹਾ ਤਾਂ ਮਤਲਬ ਇੱਥੇ ਸਰਕਾਰਾਂ ਦੀ ਕੋਈ ਚੀਜ਼ ਹੈ ਨਹੀਂ। ਜਿੱਥੇ ਸਰਕਾਰਾਂ ਦੀ ਕੋਈ ਚੀਜ਼ ਹੈ ਨਹੀਂ ਉੱਥੇ ਕਿਸਾਨ ਵੀ ਮੰਡੀਆਂ 'ਚ ਰੁਲਦੇ ਆ, ਉੱਥੇ ਬੇਰੁਜ਼ਗਾਰੀ ਵੀ ਹੈ, ਉੱਥੇ ਇਲਾਜ ਦੇ ਤੋੜੇ ਵੀ ਮਰਦੇ ਆ, ਉੱਥੇ ਵਿੱਦਿਆ ਵੀ ਹੈ ਨਹੀਂ, ਉੱਥੇ ਸਕੂਲ ਬੰਦ ਹੈ। ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੋਟਾਂ ਹੀ ਪੈਂਦੀਆਂ, ਸਰਕਾਰਾਂ ਦੀ ਕੋਈ ਚੀਜ਼ ਨਹੀਂ। ਪ੍ਰਧਾਨ ਜੀ, ਕਿਉਂ ਕਰਨਾ ਪੈ ਰਿਹਾ ਫਿਰ ਇੰਨਾ ਜ਼ਿਆਦਾ, ਜਦੋਂ ਉਹਨਾਂ ਨੂੰ ਪਤਾ, ਉਹਨਾਂ ਨੇ ਕਿਹਾ ਸੀ 24 ਘੰਟਾ ਅਸੀਂ ਭੇਜ ਦਾਂਗੇ। ਜੇ ਹੁਣ ਇਸ ਸਮੇਂ ਆਪਾਂ ਗੱਲ ਕਰੀਏ ਪੂਰੇ ਜ਼ਿਲ੍ਹੇ ਦੀ, ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਹਰ 10 ਕਿਲੋਮੀਟਰ ਬਾਅਦ ਜਿਹੜਾ ਧਰਨਾ ਚੱਲ ਰਿਹਾ ਕਿਤੇ ਨਾ ਕਿਤੇ, ਉਹ ਜ਼ਿਆਦਾਤਰ ਇਸ ਸਮੇਂ ਬਾਰਦਾਨੇ ਨੂੰ ਲੈ ਕੇ ਹੀ ਆ। ਬਾਰਦਾਨਾ ਪੂਰਾ ਕਰਨ ਦੀ ਗੱਲ ਕਿਉਂ ਨਹੀਂ ਕਰ ਰਹੇ, ਖਾਲੀ ਵਾਅਦੇ ਕਿਉਂ ਕਰੀ ਜਾਂਦੇ? ਇੱਕ ਨੀਤੀ, ਇੱਕ ਪਾਲਿਸੀ ਹੁੰਦੀ ਹੈ, ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨਾ ਚਾਹੁੰਦੇ ਆ, ਜਿਹਦੇ ਨਾਲ ਮੰਡੀਆਂ ਤੋੜਨੀਆਂ, ਭਾਅ ਵਰਣੇ ਬੰਦ ਕਰਨੇ ਆ, ਖਰੀਦ ਬੰਦ ਕਰਨੀ ਹੈ। ਕਾਨੂੰਨ ਬਣਾਇਆ, ਸਾਡੀ ਕਾਨੂੰਨਾਂ ਦੇ ਖਿਲਾਫ ਲੜਾਈ ਹੈ। ਜਦੋਂ ਸਰਕਾਰ ਦੇ ਖਿਲਾਫ ਅਸੀਂ ਲੜ ਰਹੇ ਹਾਂ, ਜਿਹੜੇ ਅਸੀਂ ਉੱਥੇ ਕਹਿੰਦੇ ਵੀ ਆਹ ਵੀ ਹੋਊਗਾ, ਆਹ ਵੀ, ਸਰਕਾਰ ਕਹਿੰਦੀ ਨਹੀਂ। ਧਰਨੇ ਚੱਲਦਿਆਂ ਦੌਰਾਨ ਜੇ ਮੰਡੀਆਂ ਦੇ ਵਿੱਚ ਖਰੀਦ ਬੰਦ ਕੀਤੀ ਹੋਈ ਹੈ ਤਾਂ ਜਦੋਂ ਅਸੀਂ ਧਰਨੇ ਚੱਕ ਲਏ ਬਣੂਗਾ ਕੀ? ਇਹ ਨੀਤੀ ਪਾਲਿਸੀ ਦਾ ਸਵਾਲ ਹੈ। ਸਰਕਾਰ ਉਹ ਆਪਦੀ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਅਤੇ ਅਸੀਂ ਲੜ ਰਹੇ ਹਾਂ, ਅਸੀਂ ਇਉਂ ਹੋਣ ਨਹੀਂ ਦੇਣਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਖਾਲੀ ਇਕੱਲੇ ਵਾਅਦੇ ਕੀਤੇ ਗਏ, ਨਹੀਂ ਬਾਰਦਾਨਾ ਆਉਂਦਾ, ਤੁਹਾਡੇ ਅਗਲੇ ਐਕਸ਼ਨ ਕੀ ਹੋਣਗੇ? ਸਾਡੇ ਅਗਲੇ ਐਕਸ਼ਨ ਤਾਂ ਆਹੀ ਨੇ, ਸੜਕ ਰੋਕਾਂਗੇ, ਰੇਲਾਂ ਰੋਕਾਂਗੇ, ਕਿ ਇਹਨਾਂ ਦੇ ਮੰਤਰੀਆਂ ਨੂੰ ਘੇਰਾਂਗੇ, ਇਹਨਾਂ ਦੇ ਅਫਸਰਾਂ ਨੂੰ ਘੇਰਾਂਗੇ। ਅਸੀਂ ਤਾਂ ਆਹੀ ਕਰ ਸਕਦੇ ਹਾਂ, ਇਹ ਸਾਡਾ ਸੰਘਰਸ਼ ਹੈ। ਤੁਹਾਨੂੰ ਕੀ ਲੱਗਦਾ ਗਾ, ਪਹਿਲਾਂ ਕੇਂਦਰ ਸਰਕਾਰ ਲਗਾਤਾਰ ਪਰੇਸ਼ਾਨ ਕਰ ਰਹੀ ਸੀ ਕਿਸਾਨਾਂ ਨੂੰ, ਹੁਣ ਇਸ ਸਮੇਂ ਕਾਂਗਰਸ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਹਤੈਸ਼ੀ ਹਾਂ ਕਿਸਾਨਾਂ ਦੀ, ਉਹਦੇ ਵੱਲੋਂ ਵੀ ਇਹ ਗੱਲਾਂ ਹੋ ਰਹੀਆਂ, ਕੀ ਕਹੋਗੇ ਤੁਸੀਂ? ਇਹ ਤਾਂ ਜੀ ਦੇਖੋ, ਨਖੇੜਾ ਹੋ ਰਿਹਾ। ਇਹਦੇ ਵਿੱਚ ਲੋਕਾਂ ਦੇ ਸਾਹਮਣੇ ਜਿਹੜਾ ਇਹਨਾਂ ਨੇ ਮਖੌਟਾ ਪਹਿਨਿਆ ਹੋਇਆ ਸੀਗਾ ਵੀ ਅਸੀਂ ਪੰਜਾਬ ਦੀ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਨਾਲ ਖੜੀ ਆ, ਜਿਹੜੀ ਇਸ ਤਰ੍ਹਾਂ ਦੀਆਂ ਜਿਹੜੇ ਇਹਨਾਂ ਦੇ ਅਮਲ ਹੈ ਦੇਖ ਕੇ ਪਤਾ ਲੱਗਦਾ, ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਨਕਾਬ ਹੈ ਉਹ ਉਤਰ ਰਿਹਾ, ਪਤਾ ਲੱਗ ਰਿਹਾ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਇਸ ਤਰ੍ਹਾਂ ਦੀ, ਜਿਹੜੀ ਮਤਲਬ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਜੇ ਅੱਜ ਸੜਕਾਂ ਦੇ ਉੱਤੇ ਖੱਜਲ ਹੋਣਾ ਪੈ ਰਿਹਾ ਤਾਂ ਇਸ ਗੱਲ ਤੋਂ ਜ਼ਾਹਰ ਆ ਵੀ ਪੰਜਾਬ ਸਰਕਾਰ ਦਾ ਰਵੱਈਆ ਜਿਹੜਾ ਇਸ ਮਸਲੇ 'ਤੇ ਕੀ ਹੈ? ਹੁਣ ਤੁਹਾਨੂੰ ਕੀ ਭਰੋਸਾ ਦਿੱਤਾ ਇੱਕ ਵਾਰ ਜਿਹੜੇ ਆਏ ਸੀਗੇ? ਇੱਕ ਵਾਰੀ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ, ਉਹਨਾਂ ਨੇ ਸਾਨੂੰ ਕਿਹਾ ਵੀ ਕੱਲ੍ਹ ਨੂੰ 9 ਵਜੇ ਤੱਕ ਹੈ ਜਿਹੜਾ ਅਸੀਂ ਬਾਰਦਾਨਾ ਜਿਹੜਾ ਅਵੇਲੇਬਲ ਕਰਾ ਦਿਆਂਗੇ। ਸਾਨੂੰ ਕੋਈ ਜ਼ਿਆਦਾ ਤਾਂ ਉਮੀਦ ਹੈ ਨਹੀਂ ਕਿਉਂਕਿ ਸਾਰੇ ਪੰਜਾਬ 'ਚ ਜਿਹੜੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਅਤੇ ਫਿਰ ਵੀ ਚਲੋ ਇੱਕ ਵਾਰੀ ਸਤਿਕਾਰਯੋਗ ਅਧਿਕਾਰੀ ਆਏ ਨੇ, ਅਸੀਂ ਉਹਨਾਂ ਦਾ ਆਦਰ ਕਰਦੇ ਹਾਂ ਅਤੇ ਉਹਨਾਂ ਦੇ ਭਰੋਸੇ 'ਤੇ ਅਸੀਂ ਇੱਥੋਂ ਇੱਕ ਵਾਰੀ ਉੱਠਣ ਦਾ ਇੱਥੋਂ ਫੈਸਲਾ ਕੀਤਾ। ਪਰ ਜੇ ਕੱਲ੍ਹ ਜਿਹੜੀ ਉਹਨਾਂ ਨੇ ਡੈਡਲਾਈਨ ਦਿੱਤੀ ਹੈ, ਜੇ ਉਸ ਸਮੇਂ ਦੇ ਦੌਰਾਨ ਇਹ ਸਾਨੂੰ ਬਾਰਦਾਨਾ ਨਹੀਂ ਭੇਜਦੇ ਤਾਂ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ, ਆਪਦੇ ਘਰੇ ਚੁੱਪ ਕਰਕੇ ਨਹੀਂ ਬੈਠਾਂਗੇ। ਬਿਲਕੁਲ, ਕਿਸਾਨਾਂ ਦੀ ਮਜਬੂਰੀ ਬਣ ਚੁੱਕੀ ਆ, ਉਹਨਾਂ ਨੂੰ ਮਜਬੂਰੀ ਬਸ ਸੜਕਾਂ ਘੇਰਨੀਆਂ ਪੈਂਦੀਆਂ ਕਿਉਂਕਿ ਲਗਾਤਾਰ ਕਿਸਾਨ ਜਿਹੜਾ ਮੰਡੀਆਂ 'ਚ ਰੁਲ ਰਿਹਾ ਸੀ ਉਹ ਦਿੱਲੀ ਰੁਲ ਰਿਹਾ, ਸੜਕਾਂ 'ਤੇ ਰੁਲ ਰਿਹਾ, ਪਰ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ, ਖਾਲੀ ਵਾਅਦੇ 'ਤੇ ਲਾਰੀ ਲਾ ਰਹੀ ਆ। ਇਸ ਸਮੇਂ ਕਿਸਾਨਾਂ ਦੀ ਜਿਹੜੀ ਬਾਰਦਾਨੇ ਦੀ ਮੰਗ ਸੀ ਉਹਦੇ ਲਈ ਅਧਿਕਾਰੀਆਂ ਨੇ, ਪ੍ਰਸ਼ਾਸਕ ਨੇ ਆ ਕੇ ਕਿਹਾ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿ ਅਸੀਂ ਜਿਹੜਾ ਤੁਹਾਨੂੰ ਕੱਲ੍ਹ ਨੂੰ 9 ਵਜੇ ਤੱਕ ਜਿਹੜਾ
ਵਾਰਦਾਨਾ ਪਹੁੰਚਾ ਦਾਂਗੇ। ਇਹਨਾਂ ਨੇ ਕਿਹਾ ਇੱਕ ਵਾਰ ਅਸੀਂ ਉਹਨਾਂ ਦਾ ਆਦਰ ਕਰਦੇ ਹੋਏ ਇਹ ਧਰਨਾ ਚੱਕਾਂਗੇ, ਜੇਕਰ ਦੁਬਾਰਾ ਵਾਰਦਾਨਾ ਨਹੀਂ ਪਹੁੰਚਦਾ ਤਾਂ ਸਾਡੇ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਊ ਅਤੇ ਸੜਕਾਂ ਦੁਬਾਰਾ ਘੇਰੀਆਂ ਜਾਣਗੀਆਂ। ਮੁਨੀਸ਼ ਸ਼ਰਮਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।